ਰਾਤ ਆਪਾਂ ਇੱਥੇ ਰੁਕੇ ਸੀ, ਜਿਹੜਾ ਪਿੱਛੇ ਤੁਸੀਂ ਘਰ ਦੇਖੀ ਜਾਂਦੇ ਆ, ਘਰ ਦੀ ਬੈਕ ਸਾਈਡ ਰੁਕੇ ਸੀ ਆਪਾਂ, ਉੱਥੇ ਟੈਂਟ ਲਾਇਆ ਸੀਗਾ। ਅਤੇ ਕੇਰਾਂ ਹੁਣ ਆਪਾਂ ਇੱਥੇ ਤੁਰਦੇ ਹਾਂ, ਅੱਜ ਪਹੁੰਚਦੇ ਹਾਂ ਪੱਥਰ ਸਾਹਿਬ, ਫਿਰ ਲੇਹ ਮਿਲਦੇ ਹਾਂ, ਫਿਰ ਅੱਗੇ ਸਫ਼ਰ 'ਚ ਆ ਜਾਓ। ਅਤੇ ਉਹ ਘੁੰਮੀ ਜਾਂਦਾ ਮਨ ਨੇ, ਹੁਣੇ ਗਿਆ ਬਾਈ ਇੱਥੋਂ ਇੱਕ ਉੱਧਰ ਨੂੰ, ਉਹ ਜਾਂਦਾ ਉਹ ਇਹਨੂੰ ਘੁਮਾ ਕੇ ਪੂਜਾ ਕਰ ਗਿਆ ਕੰਮ ਤੋਂ ਜਾਣ ਤੋਂ ਪਹਿਲਾਂ। ਐਂ ਕਰਦੇ ਜਿਹੜੇ ਇਹ, ਬਹੁਤ ਧਰਮ ਨਾਲ ਸੰਬੰਧਿਤ ਆ, ਕਦੋਂ ਕਦੇ ਕੰਮ 'ਤੇ ਜਾਣਾ ਹੁੰਦਾ ਇਹਨੂੰ ਤੁਰੇ ਜਾਂਦੇ ਘੁਮਾ ਜਾਂਦੇ ਆ। ਅਤੇ ਨੈਣਾ ਇਹਨਾਂ ਦੀ ਮਾਨਤਾ ਵੀ ਇੱਦਾਂ ਕਰਨ ਨਾਲ ਜਿਹੜੀ ਪੂਜਾ ਹੋ ਜਾਂਦੀ, ਜਿਹੜੀ ਬਹੁਤ ਧਰਮ 'ਚ। ਬਸ ਜਾਈ ਜਾਂਦੇ ਆਪਾਂ, ਲੈ ਜਾਂਦੀ ਹਾਂ ਉਹ ਸਾਹਮਣੇ ਬੋਰਡ ਆ ਗਿਆ ਇੱਕ ਸੜਕ 'ਤੇ, ਉੱਥੇ ਦੇਣੇ ਆ। ਲੇਹ ਕਿੰਨਾ ਰਹੇਗਾ ਇੱਥੋਂ, ਇਧਰਲੇ ਪਾਸੇ ਨਾਲ ਨਾਲ ਦਰਿਆ, ਦਰਿਆ ਖਾਲੀ ਜਿਹਾ ਪਿਆ ਬਸ, ਇਹ ਸ਼ਾਇਦ ਬਸ ਉਦੋਂ ਹੀ ਚੱਲਦਾ ਜਿੰਨਾ ਚਿਰ ਬਰਫ ਕਰਦੀ ਹੈ ਇੱਥੇ। ਹੁਣ ਬਸ ਗਰਲੀ ਗਰਲੀ ਜੀ ਜਾਂ ਉਹ ਪਿੱਛੇ ਕੁਛ ਪਹਾੜੀਆਂ 'ਤੇ ਬਰਫ ਰਹੇਗੀ, ਇੱਥੇ ਆਹ ਪਹਾੜੀਆਂ 'ਤੇ ਇੱਥੇ ਜ਼ਿਆਦਾ ਬਰਫ ਪੈਣੀ ਗੀ, ਵਿੱਚ ਵਿੱਚ ਟਾਵੀਂ ਟਾਵੀਂ ਜੇ ਕਿਤੇ ਕਿਤੇ ਹੈਗੀ ਆ। ਲੇਹ ਦਾ ਇੱਥੇ ਲਿਖਿਆ ਨਹੀਂ ਗਾ ਕਿੰਨਾ ਰਹੇਗਾ, ਇੱਥੋਂ ਸੜਕ ਇੱਕ ਹੋਰ ਪਹਾੜ ਦੀ ਆ, ਇਹ ਸੜਕ ਜਾਂਦੀ ਆ ਇੱਥੋਂ ਮਨਾਲੀ ਦਾਰਚਾ ਅਤੇ ਚੰਡੀਗੜ੍ਹ ਨੂੰ। ਇੱਥੋਂ ਦਾਰਚਾ ਰਹੇਗਾ 258, ਮਨਾਲੀ 414 ਅਤੇ ਚੰਡੀਗੜ੍ਹ ਰਹੇਗਾ ਇੱਥੋਂ 713। ਲੇਹ ਵੈਸੇ ਹੋਊਗਾ ਇੱਥੋਂ 3230 ਹੋਊਗਾ ਲੇਹ, ਮੈਨੂੰ ਐਂ ਸੀ ਆਹ ਬੋਰਡ ਕਿਤੇ ਲੇਹ ਨੂੰ ਲੱਗਿਆ ਹੋਣਾ, ਪਰ ਇੱਥੋਂ ਇੱਕ ਸੜਕ ਅੱਡ ਪਾੜਦੀ ਆ ਹੋਰ ਮਨਾਲੀ ਨੂੰ ਅਤੇ ਚੰਡੀਗੜ੍ਹ ਨੂੰ ਲੇਹ ਤੋਂ ਪਹਿਲਾਂ। ਹਾਂ ਲੇਹ ਦਾ ਇੱਧਰ ਲੱਗਿਆ ਬੋਰਡ ਇੱਕ, ਲੇਹ ਹੈਗਾ 35 ਕਿਲੋਮੀਟਰ ਇੱਥੋਂ। ਪੱਥਰ ਸਾਹਿਬ ਗੁਰਦੁਆਰਾ ਪਹੁੰਚਣ ਤੋਂ ਪਹਿਲਾਂ ਜਿਹੜੀ ਲੇਹ ਸ਼੍ਰੀਨਗਰ ਹਾਈਵੇ ਆ, ਨਿੰਮੂ ਤੋਂ ਬਾਹਰ ਨਿਕਲਦੇ ਹਾਂ ਅਤੇ ਉੱਥੇ ਇੱਕ ਵਿਊ ਪੁਆਇੰਟ ਆਉਂਦਾ ਆਹ ਸੰਗਮ ਨਾਂ ਦਾ। ਇੱਥੇ ਸੰਗਮ ਤਾਂ ਦੇ, ਇੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ, ਉਹ ਜਿਵੇਂ ਤੁਸੀਂ ਦੇਖ ਸਕਦੇ ਹਾਂ ਵੀਡੀਓ 'ਚ। ਇਹ ਹੁੰਦਾ ਗਾ ਇੰਡਸ ਰਿਵਰ ਜਿਹਨੂੰ ਸਿੰਧ ਦਰਿਆ ਕਹਿੰਦੇ ਆ, ਅਤੇ ਜੰਸਕਾਰ ਰਿਵਰ, ਇਹ ਇੱਥੇ ਆ ਕੇ ਦੋਨੇ ਮਿਲ ਜਾਂਦੇ ਆ। ਇੱਧਰੋਂ ਜਿਹੜਾ ਪਾਣੀ ਆਉਂਦਾ ਉਹ ਨੀਲੇ ਰੰਗ ਦਾ, ਅਤੇ ਜਿਹੜਾ ਉੱਧਰੋਂ ਆਉਂਦਾ ਥੋੜ੍ਹਾ ਜਿਹਾ ਗੰਧਰਿਆ ਜਿਹਾ ਚਿੱਟੇ ਰੰਗ ਦਾ। ਅਤੇ ਜਿਹੜੀ ਇਹ ਸੜਕ ਜਾਂਦੀ ਆ ਨਾਲ ਨਾਲ, ਇਹ ਸੜਕ ਇਹਦੇ ਨਾਲ ਨਾਲ ਨਿਕਲ ਜਾਂਦੀ ਆ ਮਨਾਲੀ ਅੰਨੀ। ਇੱਕ ਇਹ ਰਾਹ ਜਾਂਦਾ ਮਨਾਲੀ ਨੂੰ, ਇੱਕ ਰਾਹ ਅੱਗਿਓਂ ਜਾਂਦਾ ਲੇਹ ਤੋਂ ਕਾਰੂ ਜਸਪਾ ਹੋ ਕੇ, ਅਤੇ ਇੱਥੇ ਹੁੰਦਾ ਦੋ ਦਰਿਆਵਾਂ ਦਾ ਸੰਗਮ, ਬਹੁਤ ਸੋਹਣਾ ਵਿਊ ਬਣਦਾ। ਆ ਗਈ ਮਗਨੈਟ ਕਹਿਲ, ਅਤੇ ਆਹ ਸੜਕ ਆ ਜਿੱਥੇ ਆਪਾਂ ਕਹਿੰਦੇ ਵੀ ਗੱਡੀ ਇੱਕ ਵਾਰੀ ਨਿਊਟਰਲ ਕਰਕੇ ਖਿਲਾਰ ਦਈਏ ਤਾਂ ਜਿੱਧਰ ਨੂੰ ਚੜ੍ਹਾਈ ਆ ਗੱਡੀ ਉੱਧਰ ਨੂੰ ਰੜਨ ਲੱਗ ਜਾਂਦੀ ਆ। ਅਤੇ ਹੁਣ ਇੱਥੇ ਹੈ ਨਹੀਂ ਇੰਨੀ ਰੌਣਕ, ਸੁੰਨ ਸਰਾਂ ਜੀ ਆ ਉਹ, ਤਾਂ ਵੀ ਹਜੇ ਜਿੰਨੇ ਟੂਰਿਸਟ ਆ ਹਜੇ ਕੋਈ ਉੱਠਿਆ ਨਹੀਂ, ਹੁਣ ਉੱਠ ਕੇ ਤੁਰਿਆ ਨਹੀਂ। ਲੇਹ ਤੋਂ ਕੋਈ ਸ਼੍ਰੀਨਗਰ ਇੰਨੀ ਨੂੰ ਨਹੀਂ ਤੁਰਿਆ, ਅਤੇ ਇੱਧਰੋਂ ਸ਼੍ਰੀਨਗਰ ਵਾਲੀ ਸਾਈਡ ਤੋਂ ਵੀ ਲੇਹ ਇੰਨੀ ਨੂੰ ਨਹੀਂ ਆ ਰਿਹਾ। ਆਪਾਂ ਥੋੜ੍ਹਾ ਸਿਆਂ ਤਰਪੇ ਸੀਗੇ ਤਾਂ ਕਰਕੇ ਇੱਥੇ ਬਾਹਲੀ ਰੌਣਕ ਜੀ ਹੈ ਨਹੀਂ, ਇੱਥੇ ਵਾਹਵਾ ਇਕੱਠ ਜਿਹਾ ਹੋ ਜਾਂਦਾ, ਗੱਡੀਆਂ ਅਗਲੇ ਇੱਥੇ ਖੜਾ ਕੇ ਦੇਖਣ ਲੱਗ ਜਾਂਦੇ ਵੀ ਕਾਰ ਰੁੜਦੀ ਹੈ ਕਿ ਨਹੀਂ। ਪਰ ਊਂ ਆ ਵੀ ਇਹ 'ਚ ਮੈਗਨੈਟ ਮੁਗਨੈਟ ਵਾਲੀ ਕੋਈ ਗੱਲ ਨਹੀਂ, ਉਹ ਭਲਾ ਆਪਾਂ ਇੱਥੇ ਪਾਣੀ ਦੀ ਬੋਤਲ ਭਰ ਕੇ ਟੇਢੀ ਰੱਖ ਦੀ, ਉਹ ਵੀ ਰੁੜੂਗੀ ਚੜ੍ਹਾਈ ਵਾਲੇ ਪਾਸੇ ਨੂੰ, ਉਹ ਕੁਛ ਹੈਗਾ ਉਹਦੇ ਪਿੱਛੇ ਸਾਇੰਟੀਫਿਕ ਰੀਜ਼ਨ ਹੈਗਾ, ਸਾਇੰਸ ਵਾਲੇ ਸਟੂਡੈਂਟ ਜ਼ਿਆਦਾ ਜਾਣਦੇ ਉਹਦੇ ਬਾਰੇ। ਉਹ ਬਾਕੀ ਇੱਥੋਂ ਦੀ ਜਿਹੜੀ ਭੂਗੋਲਿਕ ਸਥਿਤੀ ਇਹੋ ਜਿਹੀ ਆ, ਪਿੱਛੇ ਵੀ ਦੋ ਤਿੰਨ ਥਾਈਂ ਇਹੋ ਜਿਹਾ ਹੋਇਆ ਗਾ ਜਿੱਥੇ ਮੂਰ ਨੂੰ ਢਾਲ ਹੁੰਦੀ ਆ ਉੱਥੇ ਸਾਈਕਲ ਜ਼ੋਰ ਜ਼ੋਰ ਲਵਾਉਂਦਾ ਗਾ, ਅਤੇ ਜਿੱਥੇ ਲੱਗਦਾ ਵੀ ਚੜ੍ਹਾਈ ਹੈ ਤਾਂ ਉਹਨੂੰ ਉੱਥੇ ਸਾਈਕਲ ਸੌਖਾ ਚੜ੍ਹ ਜਾਂਦਾ। ਹੁਣ ਆਪਾਂ ਫਿਰ ਇੱਦੂ ਬਾਅਦ ਰੁਕਦੇ ਹਾਂ ਪੱਥਰ ਸਾਹਿਬ, ਉੱਧਰੋਂ ਸਾਹਮਣੇ ਆਏ ਆਪਾਂ, ਉੱਧਰ ਰਹਿ ਗਿਆ ਨਿੰਮੂ ਸ਼ਹਿਰ, ਅਤੇ ਆਹ ਪਹਾੜੀਆਂ ਦੇ ਉੱਤੋਂ ਦੀ ਵਲ ਕੇ ਆਏ ਆਪਾਂ, ਇੱਧਰ ਨੂੰ ਜਾਣਾ ਆਪਾਂ ਲੇਹ ਵਾਲੀ ਸਾਈਡ ਗੁਰਦੁਆਰਾ ਪੱਥਰ ਸਾਹਿਬ। ਰਹਿ ਤਾਂ ਥੋੜ੍ਹਾ ਹੀ ਗਿਆ ਦੱਸਦੇ, ਇੱਥੋਂ ਪਾਣੀ ਪੂਣੀ ਮੁੱਕਿਆ ਪਿਆ ਅਤੇ
ਸੰਗ ਸੁੱਕੀ ਜਾਂਦਾ ਜਾਵਾਂ। ਪੰਪ ਤਾਂ ਦੇਣੇ ਆ ਸ਼ਾਇਦ, ਪਾਣੀ ਮਿਲ ਜਾਏ ਸਾਹਮਣੇ, ਪੈਟਰੋਲ ਪੰਪ ਹੈ ਇੱਕ, ਉੱਥੇ ਕਰਦੇ ਹਾਂ ਪਾਣੀ ਦੇ ਹੱਲ। ਜਿੰਨੀਆਂ ਗੱਡੀਆਂ ਨੂੰ ਹੱਥ ਦਿੱਤਾ ਕੋਈ ਨਹੀਂ ਰੁਕਿਆ, ਪੰਜਾਬ ਨੰਬਰ ਹੋਏ ਤਾਂ ਸ਼ਾਇਦ ਰੁਕ ਜੇ ਸਾਰੇ ਇੱਧਰ ਦੇ, ਕੁਛ ਜੇ ਕੇ ਆ ਕੁਛ ਉਸ ਸਟੇਟਾਂ ਵਾਲੇ ਆ ਜੀ ਰੁਕੇ, ਉਹਨਾਂ ਨੂੰ ਪੁੱਛਿਆ ਸੀ ਕਹਿੰਦੇ ਪਾਣੀ ਸਾਡੇ ਕੋਲ ਵੀ ਹੈ ਨਹੀਂ। ਚਲ ਸਾਹਮਣੇ ਪੰਪ ਆ ਗਿਆ, ਕਿਹੜਾ ਪੰਪ 'ਤੇ ਪਹੁੰਚਦੇ ਹਾਂ ਪਾਣੀ। ਪੰਪ ਤਾਂ ਚਾਲੂ ਨਹੀਂ ਹੋਇਆ ਸੀ ਅਜੇ ਤਾਈਂ, ਪੰਪ 'ਤੇ ਹੈ ਨਹੀਂ ਸੀ ਕੋਈ ਪਾਣੀ ਦਾ ਪ੍ਰਬੰਧ। ਫਿਰ ਇੱਧਰ ਆ ਕੁਝ ਮਜ਼ਦੂਰ ਭਰਾ ਸੀ, ਇਹਨਾਂ ਨੂੰ ਦੱਸਿਆ ਵੀ ਪਾਣੀ ਚਾਹੀਦਾ, ਕਹਿੰਦੇ ਆ ਜਾਓ ਜਿੰਨਾ ਮਰਜ਼ੀ ਪਾਣੀ ਪੀ ਲਿਆ, ਅਤੇ ਨਾਲੇ ਬੋਤਲਾਂ ਭਰਤੀਆਂ। ਹੁਣ ਚੱਲਦੇ ਹਾਂ ਅੱਗੇ ਨੂੰ, ਅਤੇ ਉਹ ਸਾਹਮਣੇ ਗੁਰਦੁਆਰਾ ਪੱਥਰ ਸਾਹਿਬ, ਥੋੜ੍ਹੀ ਜਿਹੀ ਢਾਲ ਉੱਤਰ ਕੇ ਇੱਧਰ ਲੱਗਿਆ ਬੋਰਡ, ਅਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਪੱਥਰ ਸਾਹਿਬ, ਅਤੇ ਕਰਦੇ ਹਾਂ ਕੋਈ ਜੇ ਇਸ਼ਨਾਨ ਪਾਣੀ ਦਾ ਪ੍ਰਬੰਧ ਹੋਇਆ ਤਾਂ ਪਹਿਲਾਂ ਇਸ਼ਨਾਨ ਕਰਾਂਗੇ, ਫਿਰ ਪ੍ਰਸ਼ਾਦਾ ਪਾਣੀ ਛਕਾਂਗੇ, ਅਤੇ ਦਰਸ਼ਨ ਕਰਾਂਗੇ ਬਾਬੇ ਦੇ, ਫਿਰ ਵਧਾਂਗੇ ਲੇਹ ਵੱਲ ਨੂੰ। ਉਹ ਜਿਹੜਾ ਸਾਹਮਣੇ ਤੁਸੀਂ ਪਹਾੜ ਦੇਖ ਰਹੇ ਹੋ ਉੱਪਰ ਨਿਸ਼ਾਨ ਸਾਹਿਬ ਲੱਗਿਆ, ਉੱਥੋਂ ਪੱਥਰ ਰੋੜਿਆ ਸੀਗਾ ਇੱਕ ਰਾਕਸ਼ਸ ਨੇ ਬਾਬਾ ਜੀ ਉੱਲੀ ਨੂੰ, ਅਤੇ ਤਾਂ ਕਰਕੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਪੱਥਰ ਸਾਹਿਬ। ਅੰਦਰ ਫੋਟੋਗ੍ਰਾਫੀ ਅਲਾਊਡ ਨਹੀਂ, ਅਤੇ ਵੈਸੇ ਕਰਨੀ ਵੀ ਨਹੀਂ ਚਾਹੀਦੀ, ਜਿੱਥੇ ਧਾਰਮਿਕ ਸਥਾਨ ਆ ਉੱਥੇ ਆਪਾਂ ਕੱਢ ਕੇ ਫੋਨ ਆਪਦੀਆਂ ਫੋਟੋ ਖਿੱਚਣ ਬਹਿ ਜਾਈਏ ਫਿਰ ਆਪਣੀ ਕੀ ਸ਼ਰਧਾ ਰਹਿ ਜਾਂਦੀ ਆ। ਅਤੇ ਇਤਿਹਾਸ ਦੇ ਬਾਰੇ ਜੇ ਡਿਟੇਲ 'ਚ ਦੱਸਣ ਲੱਗ ਗਏ ਤਾਂ ਉਹ ਥੋੜ੍ਹਾ ਜ਼ਿਆਦਾ ਲੰਮਾ ਜਾ ਵੜਨਾ, ਉਹ ਤੁਸੀਂ ਕਿਤੋਂ ਵੀ ਇੰਟਰਨੈਟ ਤੋਂ ਕੱਢ ਕੇ ਪੱਥਰ ਸਾਹਿਬ ਬਾਰੇ ਪੜ੍ਹ ਸਕਦੇ ਹਾਂ ਡਿਟੇਲ 'ਚ। ਅਤੇ ਫੋਟੋ ਨਹੀਂ ਖਿੱਚਣ ਦਿੱਤੀ ਸਾਨੂੰ, ਨਹੀਂ ਤੁਹਾਨੂੰ ਫੋਟੋ ਪਾ ਦਿੰਦੇ ਅੰਦਰ ਦੀ, ਅਤੇ ਲੰਗਰ ਛਕ ਲਿਆ ਆਪਾਂ ਇੱਥੇ, ਇਸ਼ਨਾਨ ਵੀ ਕਰ ਲਿਆ, ਕਈ ਦਿਨ ਹੋ ਗਏ ਨਹਾਤੇ ਨਹੀਂ ਸੀ, ਅਤੇ ਕੁਛ ਆ ਇੱਧਰ ਕੱਪੜੇ ਕੁੱਪੜੇ ਆਪਣੇ ਧੋਣ ਵਾਲੇ ਸੀਗੇ ਉਹ ਧੋ ਕੇ ਸੁੱਕਣੇ ਪਾਤੇ ਸੀਗੇ, ਉਹਨੇ ਲੰਗਰ ਛਕਿਆ ਹੈ ਅਤੇ ਆਉਂਦੇ ਨੂੰ ਆਪਣੇ ਕੱਪੜੇ ਸੁੱਕ ਗਏ। ਹੁਣ ਫਿਰ ਕਰਦੇ ਹਾਂ ਤਿਆਰੀ, ਅਦੂਗਾ ਤੁਰਦੇ ਹਾਂ ਲੇਹ ਨੂੰ ਤੁਰਦੇ ਹਾਂ। ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਤੋਂ ਲੇਹਨੀ ਨੂੰ, ਘੇਰ ਲਿਆ ਸੀ ਉੱਥੇ ਸਾਈਕਲ ਦੇਖ ਕੇ, ਬਸ ਐਂ ਚਿੰਬੜ ਜਾਂਦੇ ਜਿਵੇਂ ਗੁੜ ਨੂੰ ਕੀੜੀਆਂ ਚਿੰਬੜਦੀਆਂ ਹੁੰਦੀਆਂ, ਮਸਾਂ ਖੇੜਾ ਛੜਾਇਆ। ਹੁਣ ਤੁਰਦੇ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਨਿਕਲਦੇ ਹਾਂ ਬਾਹਰ ਥੋੜ੍ਹੀ ਜਿਹੀ ਹਾਟ ਆ ਕੇ, ਅਤੇ ਲੇਹ ਨਹੀਂ ਜਾਂਦਿਆਂ ਨੂੰ ਸੱਜੇ ਹੱਥ ਇੱਕ ਫੌਜ ਦਾ ਟਰਾਜੈਂਟ ਕੈਂਪ ਪੈਂਦਾ ਹੈਗਾ, ਅਤੇ ਉਹ ਕੈਂਪ ਦਾ ਨਾਂ ਰੱਖਿਆ ਗਾ ਨਾਨਕ ਹਿੱਲ, ਮਤਲਬ ਬਾਬਾ ਨਾਨਕ ਜੀ ਦੇ ਨਾਮ 'ਤੇ ਰੱਖਿਆ ਗਿਆ ਪਹਾੜੀ ਦਾ ਨਾਂ ਵੀ ਨਾਨਕ ਹਿੱਲ, ਟ੍ਰਾਂਜ਼ਿਟ ਕੈਂਪ ਹੈ ਇੱਕ। ਬਰਫ਼ ਨਾਲ ਲੱਦੇ ਪਹਾੜ, ਖੁੱਲ੍ਹੇ ਮੈਦਾਨ, ਕ੍ਰਿਕਟ ਖੇਡਣ ਦਾ ਨਜ਼ਾਰਾ ਹੀ ਆ ਜੇ ਇੱਥੇ। ਇੱਕਾ ਲੱਗਿਆ ਸੈਂਡ ਬੋਰਡ, ਲੈਂਡ ਆਫ ਲਾਮਾ, ਕਹਿੰਦੇ ਲਾਮਾ ਦੀ ਧਰਤੀ ਆ, ਇੱਥੇ ਬੜੇ ਗੰਦੇ ਭਗਵਾਨ ਨਾ ਬਣੋ, ਢਾਲ ਬਹੁਤ ਆਉਂਦਾ ਧਿਆਨ ਨਾਲ। ਐਂਟਰ ਹੋਣ ਤੋਂ 13 ਕਿਲੋਮੀਟਰ ਪਿੱਛੇ ਆ ਇਹ ਲੇਹ ਤੋਂ, ਗੋਪਕਸ਼ ਵਿਊ ਪੁਆਇੰਟ, ਇੱਥੋਂ ਆਹ ਵਿਊ ਬਣਦਾ ਜਮਾਂ ਡਿਟੋ ਜਿਹੋ ਜਿਹੀ ਇਹਨਾਂ ਨੇ ਆਹ ਫੋਟੋ ਲਾਈ ਆ, ਜਮਾਂ ਸੇਮ ਵਿਊ ਪੁਆਇੰਟ ਆ। ਅਤੇ ਐਂ ਵੀ ਬੰਦਾ ਦੇਖੀ ਜਾਵੇ ਤਾਂ ਰੱਜ ਨਹੀਂ ਆਉਂਦਾ, ਬਾਕੀ ਸੋਹਣਾ ਵਿਊ ਆ ਇੱਥੋਂ। ਆ ਗਿਆ ਲਦਾਖ ਸਕਾਊਟਸ ਰੈਜੀਮੈਂਟਲ ਸੈਂਟਰ, ਕਛਾਉਣੀ ਦੇ ਗੇਟ 'ਚ ਬਣਿਆ ਗਾ, ਇੱਥੇ ਖੜ੍ਹੇ ਸੀਗੇ ਲਦਾਖ ਸਕਾਊਟਸ ਵਾਲੇ, ਪਹਿਲਾਂ ਇਹਨਾਂ ਤੋਂ ਪਰਮਿਸ਼ਨ ਲਈ ਆ, ਵੀਡੀਓ ਬਣਾ ਲਈ, ਕਹਿੰਦੇ ਬਣਾ ਲਓ, ਸੋਹਣਾ ਬਣਾਇਆ। ਲੇਹ 'ਚ ਐਂਟਰੀ ਤੋਂ ਪਹਿਲਾਂ ਇੱਕ ਆਹ ਆਉਂਦੀ ਆ ਇੱਥੇ, 71 ਦੀ ਜਿਹੜੀ ਜੰਗ ਹੋਈ ਸੀ ਉਹਦੀ ਯਾਦਗਾਰ ਬਾਰੇ ਜਿਹਨੂੰ ਇਹ ਪੁੱਛਿਆ, ਕਹਿੰਦੇ ਵੀ ਕੱਲ੍ਹ ਨੂੰ ਆ ਜਾਓ 9 ਵਜੇ, ਅੱਜ ਤਾਂ ਬੰਦ ਆ, ਵੀ ਬੰਦਾ ਆਉਣਾ VIP, ਅਤੇ ਉਹਦੇ ਕਰਕੇ ਅਸੀਂ ਇਹ ਜਿਹੜਾ ਸਾਰਾ ਸਿਸਟਮ ਆ ਬੰਦ ਕਰਤਾ। ਅਤੇ ਆਹ ਖੜੀਆਂ ਜੀਪਾਂ ਜਿਹੜੀਆਂ ਉਹ ਬਾਰਡਰ ਫਿਲਮ 'ਚ ਹੁੰਦੀਆਂ ਸੰਨੀ ਦੌਲ ਕੋਲ, 2 ਵਜੇ ਲੱਗੀ ਵਾਲੀ। ਆ ਗਿਆ ਹਾਲ ਆਫ ਫੇਮ, ਅਤੇ ਆਹ ਫਿਰਦਾ ਕਾਲੀਆਂ ਐਨਕਾਂ ਵਾਲਾ, ਇਹ ਦਵੱਲੀ ਜਾਂਦਾ ਸਾਰਿਆਂ ਨੂੰ ਇੱਥੇ, ਅੱਜ ਨਾ ਕੋ ਭਾਲੋ, ਕਹਿੰਦਾ ਬਈ ਮਿਹਨਤ ਵਾਲੀ ਗੱਲ ਆ, ਕਹਿੰਦਾ ਕੱਲ੍ਹ ਨੂੰ ਆ ਜਾਓ। ਉਹ ਆ ਗਿਆ ਬੋਰਡ, ਵੈਲਕਮ ਟੂ ਲੇਹ, ਬਸ ਹੋ ਗਿਆ ਆਪਾਂ ਐਂਟਰ ਲੇਹ 'ਚ, ਅੱਜ ਕਰਦੇ ਹਾਂ ਕੋਈ ਠਹਿਰ ਦਾ ਪ੍ਰਬੰਧ ਇੱਥੇ। ਵੈਲਕਮ ਟੂ ਲੇਹ,
ਬਹੁਤ ਚਿਰ ਦਾੜਿਆਂ ਦਾ ਵਿਆਹ ਬੋਰਡ ਜਿਹਾ ਆ ਹੀ ਗਏ ਇੱਥੇ ਵੀ ਇੱਧਰ ਪਿੱਛੇ ਵਾਹਵਾ ਲੰਮਾ ਲੇਹ ਸ਼ਹਿਰ ਅਤੇ ਇਹ ਐਂ ਕਹਿ ਲਓ ਵਿਚਾਲਾ ਜਿਹਾ ਇੱਕ ਤਰ੍ਹਾਂ ਨਾਲ ਲੇਹ ਸ਼ਹਿਰ ਦਾ ਇਹ ਜਿੱਥੇ ਆ ਬੋਰਡ ਲੱਗਿਆ। ਲੇਹ ਸ਼ਹਿਰ 'ਚ ਪਹੁੰਚ ਕੇ ਆਪਾਂ ਨੂੰ ਅੱਜ ਰਹਿਣ ਦੀ ਜਗ੍ਹਾ ਮਿਲੀ ਆ ਗੁਰਦੁਆਰਾ ਸਿੰਘ ਸਭਾ। ਇੱਥੇ ਹਾਲ ਸੀਗਾ 300 ਰੁਪਈਆ ਪਰ ਹੈੱਡ ਸੇਵਾ ਇੱਕ ਰਾਤ ਵਾਸਤੇ, ਅਤੇ ਹੁਣ ਆਪਾਂ ਇੱਥੇ ਟਿਕਾਂਗੇ। ਅੱਜ ਦੀ ਰਾਤ ਵੀ ਇੱਥੇ ਹੀ ਆ ਅਤੇ ਕੱਲ੍ਹ ਨੂੰ ਖਰਦੁੰਗਲਾ ਜਾਵਾਂਗੇ, ਵਾਪਸ ਆਵਾਂਗੇ ਅਤੇ ਕੱਲ੍ਹ ਦੀ ਰਾਤ ਵੀ ਆਪਾਂ ਇੱਥੇ ਹੀ ਆ। ਸ਼ਾਂਤ ਜਿਹਾ ਮਾਹੌਲ ਆ ਅਤੇ ਗੁਰਦੁਆਰਾ ਸਾਹਿਬ ਲੱਭਿਆ ਥੋੜ੍ਹੀ ਜਿਹੀ ਮੁਸ਼ਕਿਲ ਨਾਲ। ਇੱਥੇ ਥੋੜ੍ਹੀ ਕਨਫਿਊਜ਼ਨ ਹੋ ਜਾਂਦੀ ਸੀਗੀ, ਸਾਨੂੰ ਕਿਸੇ ਨੇ ਦੱਸਿਆ ਸੀਗਾ ਦਾਤਣ ਸਾਹਿਬ ਗੁਰਦੁਆਰਾ, ਪਰ ਉਹ ਦੱਸਦੇ ਆ ਕੋਵਿਡ ਤੋਂ ਬਾਅਦ ਬੰਦ ਪਿਆ ਹਜੇ, ਉਹਨੂੰ ਮਤਲਬ ਚਲਾਇਆ ਨਹੀਂ ਗਿਆ ਹੈ। ਬਹੁਤ ਕਹਿੰਦੇ ਦੱਸਦੇ ਵੀ ਉਹ ਇਤਿਹਾਸਕ ਗੁਰਦੁਆਰਾ, ਪਰ ਉੱਥੋਂ ਦੀ ਜਿਹੜੀ ਹਜੇ ਕਾਰ ਸੇਵਾ ਉਹ ਚੱਲ ਰਹੀ ਆ, ਉਹ ਹਜੇ ਕੰਪਲੀਟ ਨਹੀਂ ਹੋਈ। ਕਿਤੋਂ ਉੱਥੋਂ ਕਾਰ ਸੇਵਾ ਕੰਪਲੀਟ ਹੋ ਗਈ ਫਿਰ ਉਹ ਵੀ ਚੱਲ ਪੈਣਾ, ਉਹ ਕਰੋਨਾ ਕਰਕੇ ਗੇਰਾ ਬੰਦ ਰਿਹਾ, ਹੁਣ ਦੁਬਾਰੇ ਉਹਦੀ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਆ। ਅਤੇ ਫਿਲਹਾਲ ਆਪਾਂ ਗੁਰਦੁਆਰਾ ਸਿੰਘ ਸਭਾ ਲਏ, ਇੱਥੇ ਟਿਕੇ ਹੋਏ ਅੱਜ ਆਹ ਹਾਲ ਦੇ ਵਿੱਚ।